ਬਟੇਂਡਾ ਦੇ ਵਿੱਚ ਐਨਕਾਊਂਟਰ ਹੋਇਆ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਟੇਂਡਾ ਦੀਆਂ ਜਿੱਥੇ ਐਨਕਾਊਂਟਰ ਹੋਇਆ ਦੇਖ ਸਕਦੇ ਹੋ ਤੁਸੀਂ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਔਰ ਹਸਪਤਾਲ ਦੇ ਵਿੱਚ ਜਿਹੜਾ ਜ਼ਖਮੀ ਹੋਇਆ ਬਦਮਾਸ਼ ਉਸ ਨੂੰ ਲੈ ਕੇ ਜਾ ਰਹੀਆਂ ਤਾਂ ਸਿੱਧੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਬਟੇਂਡਾ ਤੋਂ ਦਾ ਦੱਦ ਜੀ ਕਿ ਬਟੇਂਡਾ ਦੇ ਵਿੱਚ ਐਨਕਾਊਂਟਰ ਹੋਇਆ ਤੜਕਸਾਰ ਸਵੇਰੇ ਸਵੇਰੇ ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਇੱਕ ਐਨਕਾਊਂਟਰ ਹੋਇਆ ਹੈ ਦੇਖ ਸਕਦੇ ਹੋ ਪੁਲਿਸ ਨੂੰ ਵੇਖ ਕੇ ਬਦਮਾਸ਼ਾਂ ਨੇ ਪਹਿਲਾਂ ਫਾਇਰਿੰਗ ਕੀਤੀ ਪੁਲਿਸ ਦੇ ਉੱਪਰ ਲਗਾਤਾਰ ਕਈ ਰਾਉਂਡ ਫਾਇਰ ਕਰਦੇ ਰਹੇ ਤੇ ਬਾਅਦ ਦੇ ਵਿੱਚ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਜਦੋਂ ਫਾਇਰ ਕੱਡੇ ਤਾਂ ਦੇਖ ਸਕਦੇ ਹੋ ਤੁਸੀਂ ਇੱਕ ਨੂੰ ਕਾਬੂ ਕਰ ਲਿਆ ਔਰ ਪੂਰਾ ਲਗਾਤਾਰ ਤਾਬੜ ਤੋੜ ਗੋਲੀਆਂ ਚੱਲਦੀਆਂ ਰਹੀਆਂ ਕਈ ਸਮਾਂ ਲਗਾਤਾਰ ਤਾਬੜ ਤੋੜ ਗੋਲੀਆਂ ਦੀ ਵਿਚਾੜ ਜਿਹੜੀ ਸੀ ਉਹ ਹੁੰਦੀ ਰਹੀ ਤਾਂ ਦੇਖ ਸਕਦੇ ਹੋ ਤੁਸੀਂ ਬਠਿੰਡਾ ਪੁਲਿਸ ਦੇ ਵੱਲੋਂ ਦਿਨ ਚੜ੍ਹਦੇ ਹੀ ਜਿਹੜਾ ਇੱਕ ਨੌਜਵਾਨ ਦਾ ਇਨਕਾਊਂਟਰ ਕਰ ਦਿੱਤਾ ਗਿਆ ਬਦਮਾਸ਼ ਦਾ ਇਨਕਾਊਂਟਰ ਕੀਤਾ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜਾ ਪੁਲਿਸ ਮੌਕੇ ਤੇ ਪਹੁੰਚੀ ਹੈ ਮੈਂ ਕਹਾਂਗਾ ਕਿ ਇਹ ਹੀ ਤਸਵੀਰਾਂ ਜਿਹੜੀਆਂ ਦਿਖਾਈਆਂ ਜਹਾਂਤਾ ਦੇਖ ਸਕਦੇ ਹੋ ਤੁਸੀਂ ਮੌਕੇ ਤੇ ਕੀ ਮਾਹੌਲ ਹੈ ਇਨਕਾਊਂਟਰ ਜਵਾਲੀ ਜਗ੍ਹਾ ਦੇ ਉੱਪਰ ਤੁਹਾਨੂੰ ਲੈ ਚਾਲਦੇ ਹਾਂ ਕਿਸ ਪ੍ਰਕਾਰ ਪੁਲਿਸ ਜਿਹੜੀ ਹੈ ਉੱਥੇ ਖੜੀ ਹੈ ਪੁਲਿਸ ਕਿਵੇਂ ਸੜਕਾਂ ਦੇ ਉੱਪਰ ਤੈਨਾਤ ਕੀਤੀ ਗਈ ਹੈ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਸਵੇਰੇ ਸਵੇਰੇ ਤੜਕਸਾਰ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਬਠਿੰਡਾ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਬਠਿੰਡਾ ਪੁਲਿਸ ਨੇ ਵੱਡਾ ਐਕਸ਼ਨ ਲਿਆ ਵੱਡੀ ਕਾਰਵਾਈ ਕੀਤੀ ਹੈ ਲਗਾਤਾਰ ਜਿਸ ਹਿਸਾਬ ਦੇ ਨਾਲ ਵਾਰਦਾਤਾਂ ਬਠਿੰਡਾ ਜ਼ਿਲ੍ਹਾ ਦੇ ਵਿੱਚ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਉਸ ਨੂੰ ਲੈ ਕੇ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਬਦਲੀਆਂ ਕੀਤੀਆਂ ਗਈਆਂ ਤੇ ਹਰਮਨ ਵੀਰ ਸਿੰਘ ਹੋਣਾ ਨੂੰ ਬਠਿੰਡਾ ਪੁਲਿਸ ਦਾ ਜਿਹੜਾ ਐਸਐਸਪੀ ਲਗਾਇਆ ਗਿਆ ਐਸਐਸਪੀ ਜਿਹੜਾ ਟਰਾਂਸਫਰ ਕੀਤਾ ਗਿਆ ਬਠਿੰਡਾ ਦੇ ਵਿੱਚ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਪਹਿਲਾ ਅਨਕਾਊਂਟਰ ਜਿਹੜਾ ਇਸ ਬਦਮਾਸ਼ ਦਾ ਕੀਤਾ ਗਿਆ ਤਾਂ ਸਿੱਧੀਆਂ ਤਸਵੀਰਾਂ ਮੈਂ ਕਹੂੰਗਾ ਕਿ ਉਹੀ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਬਠਿੰਡਾ ਪੁਲਿਸ ਦੀਆਂ ਜਦੋਂ ਤੜਕਸਾਰ ਸਵੇਰੇ ਬਠਿੰਡਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਨਾਲ ਦੀ ਨਾਲ ਕਾਰਵਾਈ ਕਰਦੀ ਹੈ ਐਕਸ਼ਨ ਲੈਂਦੀ ਹੈ ਮੌਕੇ ਤੇ ਦੇਖ ਸਕਦੇ ਹੋ ਕਿਵੇਂ ਪੁਲਿਸ ਦੇ ਜਵਾਨ ਜਿਹੜੇ ਤਾਂ ਨਾ ਤਾਂ ਪੁਲਿਸ ਦੇ ਜਵਾਨ ਜਿਹੜੇ ਖੜੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਆਸੇ ਪਾਸੇ ਪੁਲਿਸ ਦੀਆਂ ਜਿਪਸੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਤਾਂ ਸਿੱਧੀਆਂ ਤਸਵੀਰਾਂ ਬਠਿੰਡਾ ਤੋਂ ਤੁਹਾਨੂੰ ਦਿਖਾ ਰਹੇ ਹਾਂ ਦੱਸਦੀ ਕਿ ਲੁੱਟਾਂ ਘੁਆਂ ਹੋਈਆਂ ਬਠਿੰਡਾ ਦੇ ਵਿੱਚ ਲਗਾਤਾਰ ਲੁੱਟਾਂ ਘੁਆਂ ਵੱਧ ਰਹੀਆਂ ਸੀ ਉਸ ਨੂੰ ਦੇਖਦਿਆਂ ਇੱਕ ਨੌਜਵਾਨ ਦਾ ਇੰਕਾਊਂਟਰ ਕਰ ਦਿੱਤਾ ਗਿਆ ਹਸਪਤਾਲ ਦੇ ਵਿੱਚ ਜ਼ਖਮੀ ਨੂੰ ਭਰਤੀ ਕਰਵਾਇਆ ਗਿਆ ਦੱਸਦੇ ਕਿ ਬੀਤੇ ਦਿਨੀ ਬਠਿੰਡਾ ਦੇ ਗ੍ਰੋਥ ਸੈਂਟਰ ਦੇ ਵਿੱਚ ਲੁੱਟ ਦੀ ਘਟਨਾ ਨੂੰ ਵਾਰਦਾਤ ਦਤ ਬਾ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਰੈਕੀ ਕਰ ਰਹੀ ਸੀ ਲਗਾਤਾਰ ਟਰੈਪ ਤੇ ਲੱਗਿਆ ਹੋਇਆ ਸੀ ਬੰਦਮਾਸ ਪਰ ਸਿੱਧੀਆਂ ਤਸਵੀਰਾਂ ਬਠਿੰਡਾ ਪੁਲਿਸ ਦੀਆਂ ਦਿਖਾ ਰਹੇ ਹਾਂ ਤੁਹਾਨੂੰ ਬਠਿੰਡਾ ਪੁਲਿਸ ਦੀਆਂ ਤਸਵੀਰਾਂ ਜਿਹੜੀਆਂ ਮੈਂ ਕਹੂੰਗਾ ਕਿ ਦਿਖਾਈਆਂ ਜਾਣ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਹ ਬਠਿੰਡਾ ਪੁਲਿਸ ਦੀਆਂ ਮੌਕੇ ਦੀਆਂ ਤਸਵੀਰਾਂ ਨੇ ਜਦੋਂ ਪੂਰੇ ਦਾ ਪੂਰਾ ਇਹ ਵਾਰਦਾਤ ਹੋਈ ਹੈ ਸਵੇਰੇ ਸਵੇਰੇ ਤੜਕਸਾਰ ਐਨਕਾਊਂਟਰ ਹੋਇਆ ਜਿਹਾਂ ਦਾ ਦੇ ਕੇ ਤੜਕਸਾਰ ਐਨਕਾਊਂਟਰ ਹੋਇਆ ਜਦੋਂ ਬਠਿੰਡਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਐਨਕਾਊਂਟਰ ਕੀਤਾ ਗਿਆ ਇੱਕ ਬਦਮਾਸ਼ ਦਾ ਇੱਕ ਲੁਟੇਰੇ ਦਾ ਲਗਾਤਾਰ ਵਾਰਦਾਤਾ ਲਾਅ ਐਂਡ ਆਰਡਰ ਨੂੰ ਲੈ ਕੇ ਬਠਿੰਡਾ ਜ਼ਿਲ੍ਹਾ ਦੇ ਵਿੱਚ ਸਵਾਲ ਉੱਠ ਰਹੇ ਸੀ ਐਸਐਸਪੀ ਹਰਮਨ ਵੀਰ ਸਿੰਘ ਉਹਨਾਂ ਨੂੰ ਜਿਹੜਾ ਬਠਿੰਡਾ ਪੁਲਿਸ ਦਾ ਐਸਐਸਪੀ ਲਗਾਇਆ ਗਿਆ ਸੀ ਤਾਂ ਦੱਸਦੀ ਹੈ ਕਿ ਸਿੱਧੀਆਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ